ਵਰਗੀ ਤਾਂ ਓਏ ਕਿਤੇ ਯਾਰ ਇੱਥੇ ਆ ਕੇ ਇੱਕ ਵੱਖਰਾ ਜਿਹਾ ਜੋਸ਼ ਆ ਜਾਂਦਾ ਅਤੇ ਜੋਸ਼ ਆਵੇ ਵੀ ਕਿਉਂ ਨਾ, ਬੋਕਸਿੰਗ ਰਿੰਗ ਵਿੱਚ ਅਸੀਂ ਮੌਜੂਦ ਹਾਂ ਅਤੇ ਆਉਣ ਦਾ ਇੱਕ ਖਾਸ ਮਕਸਦ ਵੀ ਹੈ। ਨਾਲੇ ਬੋਕਸਿੰਗ ਨਾਲ ਰਿਲੇਟਡ ਇੱਕ ਕੋਟ ਮੈਨੂੰ ਯਾਦ ਆ ਗਿਆ ਕਿ ਇਟਸ ਨੋਟ ਅਬਾਊਟ ਹਾਊ ਹਾਰਡ ਯੂ ਹਿੱਟ, ਇਟ ਇਜ਼ ਅਬਾਊਟ ਹਾਊ ਹਾਰਡ ਯੂ ਕੈਨ ਗੈਟ ਦ ਹਿੱਟ। ਅਤੇ ਅੱਜ ਅਸੀਂ ਇੱਕ ਬਹੁਤ ਹੀ ਹਿੱਟ ਕਲਾਕਾਰ ਨਾਲ ਮਿਲਣ ਵਾਲੇ, ਕਿਉਂਕਿ ਅੱਜ ਮੌਕਾ ਹੈ ਉਹਨਾਂ ਦੀ ਫਿਲਮ ਦੀ ਔਨ ਲੋਕੇਸ਼ਨ ਸ਼ੂਟ ਦਾ। ਪ੍ਰੈਕਟਿਸ ਕਾਫੀ ਜ਼ੋਰਾਂ ਸ਼ੋਰਾਂ ਨਾਲ ਚੱਲ ਰਹੀ ਹੈ ਭਾਅ ਜੀ, ਕੀ ਹਾਲ ਚਾਲ? ਸਤਿ ਸ਼੍ਰੀ ਅਕਾਲ ਜੀ, ਪੀ ਟੀ ਸੀ ਦੇਖ ਰਹੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਜਾਣੀ ਪਰਮਿਸ਼ਨ ਵੱਲੋਂ ਦੋਵੇਂ ਜੁੜ ਗਏ ਜੀ ਪਿਆਰ ਪ੍ਰੋਸੈਸ। ਭਾਅ ਜੀ ਸਾਹਿਬ ਪੂਰਾ ਚੜਿਆ ਹੈ, ਪਰ ਮੈਨੂੰ ਇੱਕ ਗੱਲ ਯਾਦ ਆ ਰਹੀ ਕਿ ਭਲਵਾਨੀ ਯਕੀਨੀ ਦੀ ਹੁੰਦੀ ਹੈ ਜਾਂ ਸ਼ਕੀਨੀ ਦੀ ਹੁੰਦੀ ਪਹਿਲਾਂ ਤਾਂ? ਹਾਂ, ਭਲਵਾਨੀ ਮੈਂ ਕਹਿੰਦਾ ਯਕੀਨੀ ਦੀ ਵੀ ਹੁੰਦੀ ਹੈ, ਸ਼ਕੀਨੀ ਦੀ ਵੀ ਹੁੰਦੀ ਹੈ ਜੀ। ਸਾਨੂੰ ਲੱਗਦਾ ਪੰਜਾਬੀਆਂ ਦੇ ਖੂਨ 'ਚ ਹੀ ਹੈ ਜੀ, ਮਿਹਨਤ ਮਾਰਨਾ ਅਤੇ ਸਾਨੂੰ ਗੁੜਤੀ ਜਿਹੀ ਚੀਜ਼ਾਂ ਮਿਲਦੀਆਂ ਨੇ ਜੀ। ਭਾਅ ਜੀ ਤੁਸੀਂ ਬੈਂਚ ਪ੍ਰੈਸ ਵੀ ਬਹੁਤ ਮਾਰੇ ਨੇ, ਡੰਡ ਬੈਠਕਾਂ ਵੀ ਤੁਸੀਂ ਪੂਰੀਆਂ ਮਾਰ ਰਹੇ ਹੋ ਅਤੇ ਬਾਈਸੈਪਸ ਵੀ ਲਾ ਰਹੇ ਹੋ, ਮੌਕਾ ਜਿਹੜਾ ਹੈ ਉਹ ਕੀ ਬਣਿਆ ਹੈ? ਕਿਉਂਕਿ ਮੈਂ ਸਰੋਤਿਆਂ ਨੂੰ ਕਿਹਾ ਸੀ ਹਿੱਟ ਕਲਾਕਾਰ ਨੇ ਉਹਨਾਂ ਨਾਲ ਮਿਲਾਉਣ ਜਾ ਰਹੇ ਹਾਂ, ਮੌਕਾ ਕੀ ਉਹ ਤੁਸੀਂ ਆਪ ਦੱਸ? ਥੈਂਕ ਯੂ। ਦੇਖੋ ਜੀ, ਹਿੱਟ ਫਲੋਪ ਤਾਂ ਸਭ ਸਰੋਤੀ ਬਣਾਉਂਦੇ ਨੇ, ਸੋ ਉਹਨਾਂ ਸਦਕੇ ਅੱਜ ਅਸੀਂ ਇੱਥੇ ਖੜੇ ਹਾਂ। ਇਹ ਥੋੜ੍ਹੀ ਜਿਹੀ ਅੱਜ ਅਨਕਨਵੈਂਸ਼ਨਲ ਟ੍ਰੇਨਿੰਗ ਹੈ ਜੀ, ਇਹ ਮੂਵੀ ਦਾ ਸ਼ੂਟ ਚੱਲ ਰਿਹਾ ਜੀ, ਮੇਰੀ ਨਵੀਂ ਫਿਲਮ ਆ ਰਹੀ ਜੀ ਰੋਕੀ ਮੈਂਟਲ, ਮੇਰੀ ਡੈਬਿਊ ਮੂਵੀ, ਅਤੇ ਰੀਲੀ ਐਕਸਾਈਟਡ ਫੋਰ ਦੈਟ। ਉਹਦੇ ਟ੍ਰੇਨਿੰਗ ਮੁੰਟ ਅੱਜ ਸੀਗੇ, ਹੈਗੀ ਦੇਸੀ ਬੋਕਸਰ ਦੀ ਸਟੋਰੀ ਹੈ ਜੀ, ਸੋ ਨਾ ਦੇਸੀ ਬੋਕਸਰਾਂ ਕੋਲ ਵੱਡੇ ਜਿੰਮ ਹੁੰਦੇ ਨੇ, ਨਾ ਸੋਫਿਸਟੀਕੇਟਡ ਇਕੁਪਮੈਂਟ ਹੁੰਦੇ ਨੇ, ਉਹਨਾਂ ਕੀ ਵੇਟ ਹੁੰਦਾ ਉਹਦੇ ਨਾਲ ਹੀ ਬੈਂਚ ਪ੍ਰੈਸ ਲਾ ਲੈਂਦੇ ਨੇ, ਉਹਦੇ ਨਾਲ ਹੀ ਬਾਈਸੈਪ ਲਾ ਲੈਂਦੇ ਨੇ, ਸੋ ਥੋੜ੍ਹੇ ਦੇਸੀ ਜੀ ਟ੍ਰੇਨਿੰਗ ਮੈਥਡਸ ਨੇ ਉਹ ਅਸੀਂ ਸ਼ੂਟ ਕਰ ਰਹੇ ਸੀ ਜੀ। ਭਾਅ ਜੀ ਦੇਸੀ ਬੁਣਾ ਤੁਹਾਡੇ ਗੀਤਾਂ ਵਿੱਚ ਵੀ ਨਜ਼ਰ ਆਉਂਦਾ, ਤੁਹਾਡੀ ਵੀਡੀਓਜ਼ ਵਿੱਚ ਵੀ ਨਜ਼ਰ ਆਉਂਦਾ, ਅਤੇ ਇਹ ਫਿਲਮ ਵੀ ਬਿਲਕੁਲ ਦੇਸੀ, ਕਿਉਂਕਿ ਅਮੂਮਨ ਪੰਜਾਬੀ ਫਿਲਮ ਜੇ ਗੱਲ ਕਰੀਏ, ਸਪੋਰਟਸ ਉੱਤੇ ਫਿਲਮ ਹਾਲੇ ਤੱਕ ਇਹ ਅਟੈਂਪਟ ਨਹੀਂ ਕੀਤਾ ਗਿਆ, ਅਤੇ ਉਹ ਚੈਲੰਜ ਉਹਨੂੰ ਕਿਸ ਤਰ੍ਹਾਂ ਲੜ ਰਿਹਾ? ਬਿਲਕੁਲ ਤੁਹਾਡੀ ਗੱਲ ਸਹੀ ਹੈ ਸਰ, ਦੇਸੀ ਬੁਣਾ ਮੇਰੀ ਵੀਡੀਓਜ਼ ਵਿੱਚ ਵੀ ਆਉਂਦਾ, ਮੈਂ ਆਪ ਖੁਦ ਬਹੁਤ ਦੇਸੀ ਬੰਦਾ, ਮੈਂ ਨਾ ਕੋਈ ਅਰਬਨ ਗਾਣਾ ਕਰਦਾ, ਨਾ ਮੈਨੂੰ ਕਰਨੇ ਆਉਂਦੇ, ਨਾ ਮੈਨੂੰ ਸੁਣਨੇ ਆਉਂਦੇ ਨੇ, ਅਤੇ ਫਿਲਮ ਓਬਵੀਅਸਲੀ ਇਜ਼ ਹਾਂਜੀ ਥੋੜ੍ਹੀ ਦੇਸੀ ਹੈ ਜੀ, ਸਪੋਰਟਸ ਦੇ ਉੱਤੇ ਆ। ਇੱਕ ਬੋਕਸਰ ਦੀ ਸਟੋਰੀ ਹੈ ਜੀ, ਰਾਜਦੀਪ ਸਿੰਘ ਧਾਲੀਵਾਲ ਮੁੰਡੇ ਦਾ ਨਾਮ ਹੈ ਜੀ, ਅਤੇ ਉਹ ਨੈਸ਼ਨਲ ਬੋਕਸਰ ਹੈ, ਉਹਦੀ ਸਟੋਰੀ ਹੈ, ਅਤੇ ਇੱਕ ਬੜੀ ਡਰਾਮਾ ਐਕਸ਼ਨ ਥ੍ਰਿਲਰ ਮੂਵੀ ਹੈ, ਜਿਹਦੇ ਵਿੱਚ ਆਏ ਕਿ ਬੋਕਸਰ ਦੀ ਲਾਈਫ ਦੇ ਵਿੱਚ ਕੀ ਕੀ ਚੈਪਟਰਸ ਖੁੱਲ੍ਹਦੇ ਨੇ, ਕੀ ਕੀ ਉਹਨੂੰ ਮੁਸ਼ਕਲਾਂ ਆਉਂਦੀਆਂ ਨੇ, ਅਤੇ ਉਹ ਸਾਰੀਆਂ ਚੀਜ਼ਾਂ ਦਾ ਜ਼ਿਕਰ ਹੈ ਉਹਦੇ ਵਿੱਚ, ਜਿਹਦੇ ਵਿੱਚ ਉਹਦੀ ਪਰਸਨਲ ਲਾਈਫ ਵੀ ਇਨਵੋਲਵਡ ਹੈ, ਉਹਦੀ ਗੇਮ ਵੀ ਇਨਵੋਲਵਡ ਹੈ, ਉਹਦੇ ਪੈਸ਼ਨ ਸਭ ਕੁਝ ਇਨਵੋਲਵਡ ਹੈ, ਅਤੇ ਇਸ ਮੂਵੀ ਕਰਕੇ ਮੈਂ 3-4 ਮਹੀਨੇ ਬੋਕਸਿੰਗ ਵੀ ਸਿੱਖੀ, ਮਤਲਬ ਇਹਨਾਂ ਦੇ ਪ੍ਰੋਪਰ ਟੈਕਨੀਕਸ ਕਿੱਦਾਂ, ਬੋਕਸਰ ਦੀਆਂ ਮੂਵਮੈਂਟਸ ਹੁੰਦੀਆਂ ਨੇ, ਐਕਸਰਸਾਈਜ਼ ਕਿਹੋ ਜਿਹੀ ਹੁੰਦੀ ਹੈ, 8 ਕਿਲੋ ਭਾਰ ਵੀ ਘਟਾਇਆ, ਸੋ ਬੋਕਸਰ ਦੀ ਫੀਲ ਮੈਨੂੰ ਕਾਫੀ ਵਧੀਆ ਲੱਗੀ, ਕਿਉਂਕਿ ਮੈਂ ਨੈਸ਼ਨਲ ਬੋਕਸਿਸ ਭਵਾਨੀ ਹਰਿਆਣੇ ਤੋਂ ਅਤੇ ਪੰਜਾਬ ਦੇ ਬੋਕਸਰ ਨਾਲ ਕੰਮ ਵੀ ਕੀਤਾ, ਸੋ ਉਹਨਾਂ ਨਾਲ ਰਹਿ ਕੇ ਉਹਨਾਂ ਦਾ ਵਿਚਰਨਾ, ਉਹ ਸੈਲਫ ਫੋਟੋ ਖਿਚਾਉਣ ਵੇਲੇ ਐਂ ਕਰਦੇ, ਉਹਨਾਂ ਦੀ ਬੋਡੀ ਲੈਂਗੁਏਜ, ਉਹ ਸਾਰੀਆਂ ਚੀਜ਼ਾਂ ਸਿੱਖੀਆਂ ਮੈਨੂੰ ਸਿੱਖ ਕੇ ਬਹੁਤ ਵਧੀਆ ਲੱਗਿਆ ਜੀ। ਮੈਂ ਓਪਨਿੰਗ ਦੇ ਵਿੱਚ ਇੱਕ ਕੋਟ ਬੋਲਿਆ ਸੀ ਕਿ ਬੋਕਸਿੰਗ ਦਾ ਇੱਕ ਬੜਾ ਹੀ ਮਸ਼ਹੂਰ ਇੱਕ ਕੋਟ ਹੈ ਕਿ ਇਟਸ ਨੋਟ ਅਬਾਊਟ ਹਾਊ ਹਾਰਡ ਯੂ ਹਿੱਟ, ਇਟਸ ਅਬਾਊਟ ਹਾਊ ਹਾਰਡ ਯੂ ਕੈਨ ਗੈਟ ਦ ਹਿੱਟ। ਅਤੇ ਤੁਸੀਂ ਕੀਪ ਮੂਵਿੰਗ ਫੋਰਵਰਡ, ਅਤੇ ਬੇਸਿਕਲੀ ਜਿਹੜਾ ਚੀਜ਼ ਹੈ ਜ਼ਿੰਦਗੀ ਦੇ ਵਿੱਚ ਵੀ ਇਹ ਫਲਸਫਾ ਰਹਿੰਦਾ ਕਿ ਜਦੋਂ ਤੱਕ ਥਪੇੜੇ ਨਾ ਪੈਣ, ਜਦੋਂ ਤੱਕ ਮਾਰ ਨਾ ਪਵੇ, ਉਦੋਂ ਤੱਕ ਸੋਹਣਾ ਵੀ ਸੋਹਣਾ ਨਹੀਂ ਬਣਦਾ। ਤੁਸੀਂ ਕਿੰਨਾ ਇਤਫਾਕ? ਮੈਂ ਬਿਲਕੁਲ ਰੱਖਦਾ ਜੀ, ਮੈਂ ਆਪਣੀ ਹਰ ਇੱਕ ਇੰਟਰਵਿਊ ਦੇ ਵਿੱਚ ਜ਼ਿਕਰ ਕਰਦਾ ਹੁੰਦਾ, ਆਸਟ੍ਰੇਲੀਆ ਜਾਣਦਾ, ਮੈਂ ਸਟੂਡੈਂਟ ਵੀਜ਼ਾ 'ਤੇ ਆਸਟ੍ਰੇਲੀਆ ਗਿਆ ਸੀ ਜੀ 2006-07 ਦੇ ਵਿੱਚ, ਉੱਥੇ ਬਹੁਤ ਸਟਰਗਲ ਕੀਤੀ, ਜ਼ਿੰਦਗੀ ਦੇ ਬੜੇ ਧੱਕੇ ਖਾਧੇ, ਪਰ ਉਹ ਧੱਕਿਆਂ ਤੋਂ ਬਹੁਤ ਕੁਝ ਸਿੱਖਿਆ ਅਤੇ ਅੱਜ ਇੱਥੇ ਪਹੁੰਚੇ ਉਸ ਮੁਕਾਮ 'ਤੇ, ਮਿਹਨਤ ਕਰਕੇ ਹੀ ਹੈ ਜੀ। ਪਲੱਸ ਮੂਵੀ ਦੇ ਵਿੱਚ ਵੀ ਇਹੀ ਸਟੋਰੀ ਆ ਕਿ ਇੱਕ ਬੋਕਸਰ ਸਿਰਫ ਰਿੰਗ ਵਿੱਚ ਹੀ ਬੋਕਸਰ ਨਹੀਂ ਹੁੰਦਾ, ਜਾਂ ਇੱਕ ਸਪੋਰਟਸਮੈਨ ਰਿੰਗ 'ਚ ਹੀ ਸਪੋਰਟਸਮੈਨ ਨਹੀਂ ਹੁੰਦਾ, ਰਿੰਗ ਤੋਂ ਬਾਹਰ ਜ਼ਿੰਦਗੀ ਵਿੱਚ ਵੀ ਸਪੋਰਟਸਮੈਨ ਹੁੰਦਾ। ਸੋ ਜਿਹੜੀਆਂ ਉਹਨੂੰ ਮਾਰਾਂ ਪੈਂਦੀਆਂ ਨੇ, ਉਹਨਾਂ ਤੋਂ ਕਿਵੇਂ ਰਿਕਵਰ ਕਰਦਾ, ਕਿਵੇਂ ਵਾਪਸ ਆਉਂਦਾ, ਅਤੇ ਕਿਵੇਂ ਉਸ ਚੀਜ਼ ਦਾ ਰਿਵੈਂਜ ਲੈਂਦਾ, ਦੈਟ ਇਜ਼ ਹਿਜ਼ ਸਟੋਰੀ। ਅਤੇ ਸ਼ੁਰੂ ਤੋਂ, ਕਿਉਂਕਿ ਤੁਸੀਂ ਮਲਟੀ ਟਾਸਕਰ ਦੇ ਤੌਰ 'ਤੇ ਆਏ ਇੰਡਸਟਰੀ ਦੇ ਵਿੱਚ, ਅਤੇ ਸ਼ੁਰੂ ਤੋਂ ਕਰਦਿਆਂ ਦੇ ਵਿੱਚ ਇਹੀ ਸੀ ਕਿ ਮੁੰਡਾ ਤਾਂ ਸਾਡਾ ਯਾਰ ਬੜਾ ਸਮਾਰਟ ਹੈ, ਹੈਂਡਸਮ ਹੈ, ਤਾਂ ਹੀਰੋ ਬਣੇਗਾ, ਅਜਿਹਾ ਗੱਲ ਤਾਂ ਨਹੀਂ ਜੀ? ਅਸਲ 'ਚ ਮੈਂ ਜ਼ਿਕਰ ਕਰਦਾ ਹੁੰਦਾ ਅਕਸਰ ਕਿ ਮੇਰੇ ਫਾਦਰ ਸਾਹਿਬ ਡਾਕਟਰ ਸਤੀਸ਼ ਸ਼ਰਮਾ, ਹੀ ਇਜ਼ ਅ ਪਲੇ ਰਾਈਟ, ਅਤੇ ਅਸੀਂ ਘਰ 'ਚ ਥੀਏਟਰ ਕਰਦੇ ਰਹਿੰਦੇ ਹੁੰਦੇ ਸੀ, ਮੈਂ 4th class ਤੋਂ ਨੁੱਕੜਨਾ ਟੱਕਰਨ ਲੱਗ ਗਿਆ ਸੀ, ਸੋ ਥੀਏਟਰ ਪਲੇ ਮੇਰੀ ਜ਼ਿੰਦਗੀ ਦਾ ਬਹੁਤ ਅਹਿਮ ਹਿੱਸਾ ਸੀਗਾ, ਡਾਇਰੈਕਸ਼ਨ ਵਿੱਚ ਵੀ ਆਉਣ
ਪਿੱਛੇ ਇੱਕ ਬਹੁਤ ਵੱਡਾ ਕਾਰਨ ਮੇਰੇ ਥੀਏਟਰ ਦੀ ਬੈਕਗ੍ਰਾਊਂਡ ਸੀ, ਕਿਉਂਕਿ ਸਾਨੂੰ ਐਂਟਰੀਜ਼, ਐਕਸਿਟਸ, ਬਲੋਕਿੰਗ, ਇੰਪਰੋਵਾਈਜੇਸ਼ਨ ਛੋਟੀ ਉਮਰ ਤੋਂ ਹੀ ਆ ਗਈ ਸੀ। ਐਕਟਿੰਗ ਕਰਨ ਦਾ ਮੈਨੂੰ ਚਾਅ ਵੀ ਸੀ ਕਿਉਂਕਿ ਮੈਂ ਥੀਏਟਰ ਵੀ ਕਰਦਾ ਸੀ ਅਤੇ ਡਾਇਰੈਕਟ ਵੀ ਕਰਦਾ ਸੀਗਾ। ਸੋ ਜਦੋਂ ਮੈਨੂੰ ਫਿਲਮ ਆਫਰ ਹੋਈ, ਆਈ ਵਾਜ਼ ਰੀਲੀ ਲੁਕਿੰਗ ਫੋਰਵਰਡ ਟੂ। ਕਿਤੇ ਨਾ ਕਿਤੇ ਕਹਿੰਦੇ ਜ਼ਿੰਦਗੀ ਦੇ ਵਿੱਚ ਮੈਂਟਲ ਹੋਣਾ ਵੀ ਬੜਾ ਜ਼ਰੂਰੀ ਹੁੰਦਾ, ਸਣਕੀ ਪੁਣਾ ਹੋਣਾ ਬੜਾ ਜ਼ਰੂਰੀ ਹੁੰਦਾ, ਜਨੂੰਨ ਬਹੁਤ ਜ਼ਰੂਰੀ ਹੈ। ਅਤੇ ਉਹ ਜਨੂੰਨ ਜਿਹੜਾ ਹੈ, ਤੁਹਾਨੂੰ ਕੀ ਲੱਗਦਾ ਕਿਹੜੀ ਕਿਹੜੀ ਕੁਆਲਿਟੀਜ਼ ਨੇ ਜਿਹੜਾ ਇੱਕ ਇਨਸਾਨ ਦੇ ਵਿੱਚ ਉਹ ਜਨੂੰਨ ਜਿਹੜਾ ਉਹ ਪੈਦਾ ਕਰਦੀ ਹੈ? ਮੈਨੂੰ ਲੱਗਦਾ ਛੋਟ ਹੁਣ ਫੋਰ ਐਗਜ਼ਾਮਪਲ ਮੈਂ ਜੋ ਮੇਰਾ ਪਰਸਨਲ ਓਪੀਨੀਅਨ ਹੈ ਜੀ, ਮੈਂ ਕੋਈ ਜ਼ਿਆਦਾ ਆਪਣੇ ਆਪ ਨੂੰ ਫਿਲੋਸਫਰ ਤਾਂ ਮੰਨਦਾ ਨਹੀਂ, ਪਰ ਮੈਂ ਆਪਣੀ ਜ਼ਿੰਦਗੀ ਦੇ ਐਕਸਪੀਰੀਅੰਸ ਤੋਂ ਦੱਸਦਾ ਕਿ ਤੁਹਾਨੂੰ ਸਿਰਫ ਇੰਨਾ ਕੁ ਆਪਣੇ ਆਪ ਤੁਸੀਂ ਸਿੱਖ ਲੈਣਾ ਚਾਹੀਦਾ ਕਿ ਤੁਹਾਡੀ ਸਟਰੈਂਥ ਕੀ ਹੈ। ਮੈਨੂੰ ਪਤਾ ਸੀ ਮੇਰੀ ਸਟਰੈਂਥ ਪੜ੍ਹਾਈ ਨਹੀਂ ਹੈਗੀ, ਪਰ ਇਹਦਾ ਮਤਲਬ ਇਹ ਨਹੀਂ ਸੀਗਾ ਕਿ ਮੈਂ ਮਤਲਬ ਪੜ੍ਹਦਾ ਨਹੀਂ ਸੀ ਹੁੰਦਾ ਅਤੇ ਹੋਰ ਵੀ ਕੁਛ ਨਹੀਂ ਸੀ ਕਰਦਾ। ਜੇ ਮੈਂ ਪੜ੍ਹਦਾ ਨਹੀਂ ਸੀ ਹੁੰਦਾ, ਮੈਂ ਥੀਏਟਰ ਕਰਦਾ ਰਹਿੰਦਾ ਹੁੰਦਾ ਸੀਗਾ, ਮੈਂ ਸਪੋਰਟਸ ਕਰਦਾ ਰਹਿੰਦਾ ਹੁੰਦਾ ਸੀ, ਤਾਂ ਮੈਨੂੰ ਜਿਹੜੀ ਚੀਜ਼ ਚੰਗੀ ਲੱਗਦੀ ਸੀ, ਜਿਹਦੇ ਵਿੱਚ ਮੈਂ ਲੱਗਦਾ ਸੀ ਯਾਰ ਆਹ ਚੀਜ਼ 'ਚ ਮੇਰਾ ਹੱਥ ਪੈ ਜੂਗਾ, ਮੈਂ ਉਸ ਚੀਜ਼ 'ਚ ਲੈ ਕੇ ਮਿਹਨਤ ਕਰਦਾ ਰਿਹਾ। ਤੁਸੀਂ ਹੁਣ ਕਿਹਾ ਸੀ ਕਿ ਮੈਂ ਘਰ ਦੇ ਵਿੱਚ ਥੀਏਟਰ ਦਾ ਮਾਹੌਲ ਬਣਾ ਰਹਿੰਦਾ ਸੀ, ਮੈਨੂੰ ਇੱਕਦਮ ਇੱਕ ਸੀਨ ਜਿਹਾ ਯਾਦ ਆ ਗਿਆ ਕਿ ਡਾਇਨਿੰਗ ਟੇਬਲ 'ਤੇ ਤੁਸੀਂ ਬੈਠੇ ਹੋ, ਤੁਹਾਡੇ ਬ੍ਰਦਰ ਬੈਠੇ, ਫਾਦਰ ਸਾਹਿਬ ਬੈਠੇ, ਮਦਰ ਕਿਚਨ ਦੇ ਵਿੱਚ, ਅਤੇ ਕਿਹੜੇ ਡਾਇਲੋਗ ਜੇ ਉੱਥੇ ਜੇ ਮਾਹੌਲ ਬਣ ਜਾਏ ਅਤੇ ਕਿਹੜੇ ਡਾਇਲੋਗ ਫਿਲਮਾਂ ਦਾ ਅਸਰ ਬੜਾ ਰਹਿੰਦਾ ਸੀ? ਮੈਂ ਦੱਸਦਾ, ਪਾਪਾ ਨਾ ਕਵਿਤਾ ਬਹੁਤ ਲਿਖਦੇ ਹੁੰਦੇ ਸੀਗੇ, ਅਤੇ ਅਸੀਂ ਜਿਵੇਂ ਐਵੇਂ ਟੇਬਲ 'ਤੇ ਬੈਠੇ ਹੋਵਾਂਗੇ ਤਾਂ ਪਾਪਾ ਨੇ ਕਹਿਣਾ ਚਲ ਆਪਾਂ ਬਹਿਰ 'ਚ ਗੱਲ ਕਰਦੇ ਹਾਂ, ਬਹਿਰ ਹੁੰਦਾ ਰਿਦਮ, ਰਿਦਮ 'ਚ ਗੱਲ ਕਰਦੇ ਹਾਂ। ਤਾਂ ਹੁਣ ਅਸੀਂ ਟੇਬਲ 'ਤੇ ਬੈਠੇ ਹਾਂ ਤਾਂ ਇਹ ਗੱਲ ਐਕਚੁਅਲੀ ਸੱਚ ਹੈ, ਪਾਪਾ ਨੇ ਕਹਿਣਾ ਓਏ ਤੁਸੀਂ ਕੀ ਖਾਓਗੇ, ਪਾਪਾ ਜੋ ਖਵਾਓਗੇ, ਮਤਲਬ ਖਾਓਗੇ ਅਤੇ ਖਵਾਓਗੇ ਦੀ ਬਹਿਰ ਬਣ ਜਾਂਦੀ ਹੁੰਦੀ ਸੀਗੀ, ਅਤੇ ਮੰਮੀ ਰੋਟੀ ਕਦੋਂ ਲਿਆਓਗੇ, ਮਤਲਬ ਐਂ ਬਹਿਰ ਬਣ ਜਾਣੀ ਅਤੇ ਹੌਲੀ ਹੌਲੀ ਬਹਿਰ 'ਚ ਗੱਲ ਕਰਦੇ ਰਹਿਣਾ, ਐਵੇਂ ਮੈਂ ਕਵਿਤਾ ਲਿਖਣੀ ਸਿੱਖ ਗਿਆ। ਸੋ ਸਾਨੂੰ ਲੱਗਦਾ ਘਰ ਦੇ ਵਿੱਚ ਹੀ ਤੁਹਾਨੂੰ ਉਹੋ ਜਿਹਾ ਇੱਕ ਐਟਮੋਸਫੀਅਰ ਮਿਲ ਜਾਂਦਾ ਹੁੰਦਾ ਜਿਹੜਾ ਐਟਮੋਸਫੀਅਰ ਤੁਸੀਂ ਵੱਡੇ ਹੁੰਦੇ ਹੋ। ਤੁਹਾਡੀ ਵੀਡੀਓਜ਼ ਨੇ ਗਾਇਕ ਤਾਂ ਬੜੇ ਬਣਾਏ ਨੇ, ਤੁਸੀਂ ਆਪ ਵੀ ਗਾਇਕੀ ਵਾਲੇ, ਉਹ ਇੱਕ ਆਸਪੈਕਟ ਜਿਹੜਾ ਉਹ ਹਾਲੇ ਅਣਛੂਆ ਜਿਹਾ ਰਹੇ? ਨਿਖਿਲ ਸਰ ਮੈਨੂੰ ਨਾ ਗਾਉਣਾ ਆਉਂਦਾ ਨਹੀਂ ਹੈਗਾ, ਪਰ ਮੈਨੂੰ ਚਾਅ ਬਹੁਤ ਹੈ ਗਾਉਣ ਦਾ, ਹਰ ਬੰਦੇ ਨੂੰ ਹੀ ਹੁੰਦਾ ਚਾਅ। ਅਤੇ ਦੇਸੀ ਕਰੂ ਵਾਲੇ ਮੇਰੇ ਭਰਾ ਨੇ, ਮੇਰਾ ਦੇਸੀ ਕਰੂ ਨਾਲ ਬਹੁਤ ਪਿਆਰ ਹੈ, ਅਤੇ ਮੈਂ ਜ਼ਿੰਦਗੀ 'ਚ ਇੱਕ ਵਾਰੀ ਗਾਇਆ ਸੀ ਅਤੇ ਉਹ ਦੇਸੀ ਕਰੂ ਦੇ ਸਟੂਡੀਓ ਗਾਇਆ ਸੀ। ਲੋਕ ਇੰਨੀ ਦੇਰ ਵੇਟ ਕਰਦੇ ਹੋਣਗੇ ਦੇਸੀ ਕਰੂ ਨੂੰ ਟਾਈਮ ਲੈ ਕੇ ਉਹਨਾਂ ਨਾਲ ਗਾਣਾ, ਪਰ ਮੈਂ ਇੱਕ ਦਿਨ ਬੈਠਾ ਦੇਸੀ ਕਰੂ ਦੇ ਸਟੂਡੀਓ, ਗੋਲਡੀ ਵਿਰਾਂਗ ਲੈਂਡ ਗਿਆ ਹੋਇਆ ਸੀਗਾ, ਅਤੇ ਸਤਪਾਲ ਬੈਠਾ ਸੀਗਾ। ਸਤਪਾਲ ਜਿੰਮ ਜਾਣ ਲੱਗਾ, ਮੈਂ ਕਿਹਾ ਸਤਪਾਲ ਅੱਜ ਮੇਰਾ ਗਾਣਾ ਰਿਕਾਰਡ ਕਰ ਦੇ, ਅਤੇ ਸਤਪਾਲ ਕਹਿੰਦਾ ਮੈਂ ਜਿੰਮ ਜਾ ਕੇ ਆ ਰਿਹਾ, ਤੂੰ ਲਿਰਿਕਸ ਲੱਭ ਲੈ। ਉਹਨੂੰ ਲੱਗਿਆ ਇਹਨੂੰ ਕਿੱਥੇ ਲਿਰਿਕਸ ਲੱਭਣਗੇ। ਸਤਪਾਲ ਜਿੰਮ ਚਲਾ ਗਿਆ, ਮੈਂ ਸਟੂਡੀਓ ਬੈਠਾ, ਮੈਂ ਉੱਧਰ ਸ਼ੁਭਮ ਹੈ ਮੁੰਡਾ, ਮੈਂ ਕਿਹਾ ਸ਼ੁਭਮ ਚਾਹ ਬਣਾ 4 ਕੱਪ। ਕਹਿੰਦਾ ਕਾਹਦੇ ਲਈ? ਮੈਂ ਕਿਹਾ ਮੈਂ ਹੀ ਪੀਊਂਗਾ ਸਾਰੇ। ਸ਼ੁਭਮ ਨੇ ਚਾਹ ਬਣਾਈ, ਮੈਂ ਜਿੰਮੀ ਨੂੰ ਫੋਨ ਕੀਤਾ, ਜਿੰਮੀ ਕੋਟਕਪੂਰਾ ਮੁੰਡਾ ਮੇਰੇ ਨਾਨਕਿਆਂ ਦਾ, ਮੈਂ ਕਿਹਾ ਜਿੰਮੀ ਗਾਣਾ ਲਿਖਾ, ਤੇਰੇ ਭਰਾ ਨੇ ਗਾਣਾ ਗਾਉਣਾ ਹੈ। ਜਿੰਮੀ ਕਹਿੰਦਾ ਹਾਂਜੀ ਵੀਰੇ, ਮੈਂ ਨਾ ਜਿੰਮੀ ਬੈਂਕ 'ਚ ਕੰਮ ਕਰਦਾ, ਵੀਰੇ ਮੈਨੂੰ 15 ਮਿੰਟ ਦਿਓ। ਕਹਿੰਦਾ ਮੈਂ ਬਾਹਰ ਆਉਣਾ। ਜਿੰਮੀ ਬਾਹਰ ਆਇਆ, ਕੁਲਚੇ ਦੀ ਰੇੜੀ ਨਾਲੇ ਕੁਲਚਾ ਖਾ ਰਿਹਾ, ਨਾਲੇ ਗਾਣਾ ਲਿਖ ਰਿਹਾ, ਫਿਰ ਉਹਨੇ ਮੈਨੂੰ ਗਾਣਾ ਭੇਜਿਆ ਜਦ ਤੱਕ ਸਤਪਾਲ ਵਾਪਸ ਆਇਆ ਮੇਰਾ ਗਾਣਾ ਰੈਡੀ। ਸੋ ਆਹ ਲੈ ਚੱਕ ਮੈਂ ਆ ਗਿਆ, ਜੋ ਕਾਫੀ ਸਰੋਤਿਆਂ ਨੂੰ ਮੇਰਾ ਗਾਣਾ ਉਹਨਾਂ ਨੇ ਸੁਣਿਆ ਵੀ ਹੈ, ਮੈਂ ਥੋੜ੍ਹਾ ਜਿਹਾ ਯੂਟਿਊਬ 'ਤੇ ਪਾਇਆ ਸੀਗਾ, ਅਤੇ ਉਹ ਸ਼ਾਇਦ ਫਿਲਮ ਦਾ ਪ੍ਰਮੋਸ਼ਨਲ ਟਰੈਕ ਵੀ ਹੈ। ਸੋ ਮੇਰਾ ਗਾਣਾ ਤਾਂ ਐਂ ਬਣ ਗਿਆ ਜੀ, ਜਿਹੜੇ ਮੇਰੇ ਭਰਾ ਨੇ ਦੇਸੀ ਕਰੂ ਅਤੇ ਜਿੰਮੀ ਉਹਨਾਂ ਦਾ ਮਿੰਤਰ ਲਾ ਕਰਕੇ, ਮਤਲਬ ਇਸ ਫਿਲਮ ਤੋਂ ਤੁਹਾਡਾ ਸਿੰਗਿੰਗ ਡੈਬਿਊ ਵੀ ਜਿਹੜਾ ਹੁਣ? ਮੈਂ ਇਹੋ ਜਿਹਾ ਪੰਗਾ ਨਹੀਂ ਲੈਣਾ, ਔਖੇ ਪੈਂਡੇ ਲੰਮੀਆਂ ਨੇ ਰਾਹਾਂ ਇਸ਼ਕ ਦੀਆਂ। ਸੋ ਮੈਂ ਲੱਗਦਾ ਐਕਟਿੰਗ ਆਪਣੇ ਆਪ ਦੇ ਵਿੱਚ ਇੱਕ ਬੜਾ ਵੱਡਾ ਸਕੂਲ ਹੈ ਜੀ, ਮੈਨੂੰ ਬਹੁਤ ਕੁਝ ਸਿੱਖਣ ਤੋਂ ਮਿਲ ਰਿਹਾ। ਉਹਦੇ ਜੋ ਸਾਡੇ ਰਾਈਟਰ ਨੇ ਉਹਦੇ ਸੰਧੂ, ਅਤੇ ਉਹਦੇ ਇਜ਼ ਵੈਰੀ ਪਰਟੀਕੁਲਰ ਅਬਾਊਟ ਡਾਇਲੋਗਸ, ਕਿ ਜੇ ਕੋਈ ਨਾ ਮਿਲਦੇ ਹਾਂ ਤਾਂ ਕੋਈ ਨਾ ਮਿਲਦਿਆਂ ਹੀ ਹੈ, ਕੋਈ ਨਾ ਮਿਲਦਿਆਂ ਨਹੀਂ ਹੈ, ਮਤਲਬ ਪੌਜ਼ ਵੀ ਕਿੰਨਾ ਦੇਣਾ, ਉਹਦੇ ਇਜ਼ ਵੈਰੀ ਪਰਟੀਕੁਲਰ। ਅਸੀਂ 1.5 ਮਹੀਨਾ ਵਰਕਸ਼ਾਪ ਕੀਤੀ ਸਾਰੇ ਡਾਇਲੋਗਸ ਲਈ, ਸਾਰਿਆਂ ਨੇ ਇਕੱਠੇ ਬਹਿਣਾ, ਉਹਦੇ ਨੇ ਕਹਿਣਾ ਆਹ 2 ਚੀਜ਼ ਡਾਇਲੋਗਸ, ਆਹ 2 ਵਰਡ ਐਂ ਬੋਲਣੇ ਨੇ, ਫਿਰ 1 ਸੈਕਿੰਡ ਦਾ ਪੌਜ਼ ਦੇਣਾ, ਫਿਰ ਇਹਦੇ ਵੱਲ ਲੁੱਕ ਦੇਣੀ ਹੈ, ਫਿਰ ਵਾਪਸ ਇਹਨੂੰ ਡਾਇਲੋਗ ਕਹਿਣਾ। ਸੋ ਉਹ ਚੀਜ਼ਾਂ 'ਤੇ ਮੈਂ ਬਹੁਤ ਵਰਕ ਕੀਤਾ, ਈਵਨ ਦੋ ਮੈਂ ਖੁਦ ਡਾਇਰੈਕਟਰ ਹਾਂ, ਮੈਂ ਖੁਦ ਆਪਣਾ ਐਕਟ ਕਰਦਾ ਰਹਿੰਦਾ, ਪਰ ਜਦੋਂ ਉਹਦੇ ਅਤੇ ਵਿਕਰਮ ਸਰ ਕੰਮ ਕਰਾ ਰਹੇ ਹੁੰਦੇ ਨੇ, ਮੈਨੂੰ ਹੁੰਦਾ ਉਹ ਆਪਣੀ ਮਰਜ਼ੀ ਨਾਲ ਕਰਾਉਣ, ਕਿਉਂਕਿ ਉਹ ਮੇਰੇ ਤੋਂ ਸੀਨੀਅਰ ਨੇ ਵਿਕਰਮ ਸਰ, ਉਹਨਾਂ ਤੋਂ ਬਹੁਤ ਕੁਝ ਸਿੱਖਣ ਨੂੰ ਮਿਲ ਰਿਹਾ, ਸ਼ਾਇਦ ਮੇਰੇ ਡਾਇਰੈਕਸ਼ਨ ਕਰੀਅਰ 'ਚ ਵੀ ਮੈਨੂੰ ਬਾਅਦ 'ਚ ਇਵੈਂਚੁਅਲੀ ਫਾਇਦਾ ਹੋ ਜੇ। ਚਲੋ ਅਸੀਂ ਉਮੀਦ ਕਰਦੇ ਕਿ ਤੁਹਾਨੂੰ ਸਕਸੈਸ ਪੂਰੀ ਇਹਦੇ ਵਿੱਚ ਮਿਲੇ, ਪਰ ਜਾਂਦੇ ਜਾਂਦੇ ਜਾਣਾ ਚਾਹਾਂਗੇ ਜੋ ਤੁਹਾਨੂੰ ਫੋਲੋ ਕਰਦੇ ਨੇ, ਤੁਸੀਂ ਫਿਜ਼ੀਕਲ ਫਿਟਨੈਸ ਦੀ ਗੱਲ ਕੀਤੀ, 8 ਕਿਲੋ ਵਜ਼ਨ ਭਾਜੀ ਨੇ ਪੂਰਾ ਘਟਾਇਆ ਵੀ ਹੈ, ਅਤੇ ਤੁਹਾਡੇ ਕੋਲੋਂ ਜਾਣਨਾ ਚਾਹਾਂਗੇ ਕਿ ਜੇ ਲੀਨ ਲੁੱਕ ਜਿਹੜੀ ਹੈ ਉਹਦੇ ਵਾਸਤੇ ਡਾਇਟ, ਕਿਉਂਕਿ ਜ਼ਿਆਦਾਤਰ ਲੋਕ ਕੀ ਕਰਦੇ ਨੇ ਰੋਟੀ ਛੱਡ ਹੀ ਦਿੰਦੇ, ਉਹ ਕਿੰਨਾ ਤੁਹਾਡੇ ਹਿਸਾਬ ਨਾਲ ਬੈਲੈਂਸ ਉਹਨੂੰ ਕਿਸ ਤਰ੍ਹਾਂ ਮੇਨਟੇਨ ਕੀਤਾ? ਮੈਨੂੰ ਇਹ ਗੱਲ ਆਪਣਾ ਨਾ ਪੰਜਾਬੀ ਕਹਿੰਦੇ ਦੇਵੀ ਮਖਸੂਸਪੁਰੀ ਭਾਜੀ ਦੀਆਂ ਦਾ ਮੈਂ ਬਹੁਤ ਫੈਨ ਹਾਂ, ਉਹਨਾਂ ਨੇ ਨਾ ਇੱਕ ਦੇਵੀ ਲਾਈਵ 2 ਦੇ ਵਿੱਚ ਇੱਕ ਸ਼ੇਅਰ ਬੋਲਿਆ ਸੀ, ਕਹਿੰਦੇ ਨਿੱਕੇ ਹੁੰਦੇ ਸੋਚਦੇ ਸਾਂ ਕਿ ਫਜ਼ੂਲ ਜਿਹੀਆਂ ਬਾਤਾਂ, ਪਰ ਪੈੜ ਪੈੜ ਕੰਮ ਆਈਆਂ ਦਾਦੀ ਨਾਨੀ ਦੀਆਂ ਗੱਲਾਂ। ਸੋ ਜਿਹੜੇ ਤੁਹਾਡੇ ਦਾਦੀ ਨਾਨੀ ਦੀਆਂ ਗੱਲਾਂ, ਜੋ ਮਾਂ ਪਿਓ ਦੀਆਂ ਗੱਲਾਂ ਹੁੰਦੀਆਂ ਨੇ, ਕਿਸੇ ਹੱਦ ਤੱਕ
ਜਿਹੜਾ ਲੰਚ ਹੈ ਉਹ ਤੁਹਾਨੂੰ ਵਜ਼ੀਰਾਂ ਵਾਂਗੂ ਕਰਨਾ ਚਾਹੀਦਾ ਅਤੇ ਜਿਹੜਾ ਡਿਨਰ ਹੈ ਉਹ ਤੁਹਾਨੂੰ ਉਹਨਾਂ ਵਾਂਗੂ ਕਰਨਾ ਚਾਹੀਦਾ ਆਪਣੇ ਸੈਨਿਕਾਂ ਵਾਂਗੂ ਕਰਨਾ ਚਾਹੀਦਾ। ਚਲੋ ਸਾਡੇ ਵੱਲੋਂ ਆਲ ਦਾ ਬੈਸਟ ਹੈ ਅਤੇ ਫੋਲੋ ਕਰਨਾ ਅਤੇ ਇਹਨਾਂ ਚੀਜ਼ਾਂ ਨੂੰ ਵੀ ਜ਼ਰੂਰ ਫੋਲੋ ਕਰੋ, ਫਿਰ ਤੁਸੀਂ ਰੌਕੀ ਮੈਂਟਲ ਵੀ ਵੇਖਣਾ ਅਤੇ ਪਰਮੀਸ਼ ਹੈਂਡਸਮ ਵੀ ਬਣ ਜਾਣਾ। ਥੈਂਕ ਯੂ ਵੈਰੀ ਮਚ ਭਾਜੀ, ਥੈਂਕ ਯੂ, ਰੀਲੀ ਅਪਰੀਸ਼ੀਏਟ। ਨਿਖਿਲ ਸਰ ਤੁਹਾਡਾ ਬਹੁਤ ਬਹੁਤ ਧੰਨਵਾਦ, ਪੀ ਟੀ ਸੀ ਵੇਖ ਰਹੇ ਸਾਰੇ ਸਰੋਤਿਆਂ ਦਾ ਦੋਵੇਂ ਹੱਥ ਜੋੜ ਕੇ ਬਹੁਤ ਬਹੁਤ ਧੰਨਵਾਦ ਜੀ ਤੁਹਾਡੇ ਸਾਰਿਆਂ ਕਰਕੇ ਅੱਜ ਇੱਥੇ ਮੈਂ ਹਾਂ ਅਤੇ ਮੈਂ ਪੂਰੀ ਪੂਰੀ ਉਮੀਦ ਕਰਦਾ ਕਿ ਰੌਕੀ ਮੈਂਟਲ ਅਸੀਂ ਦੇਖਣਾ ਹੋਵੇ, ਤੁਸੀਂ ਨਿਰਾਸ਼ ਨਹੀਂ ਹੋ ਕੇ ਜਾਓਗੇ। ਜਿਹੜੇ ਪਰਮੀਸ਼ ਵਰਮਾ ਨੂੰ ਤੁਸੀਂ ਇੰਨਾ ਪਿਆਰ ਦੇ ਕੇ ਇੱਥੇ ਤੱਕ ਲੈ ਕੇ ਆਏ ਹੋ, ਫਿਲਮਾਂ ਵਿੱਚ ਵੀ ਤੁਸੀਂ ਉਵੇਂ ਹੀ ਮੇਰੀ ਮੂਵੀ ਨੂੰ ਇੰਜੋਏ ਕਰੋਗੇ।